ਇਸ ਐਕਸਰਸਾਈਜ਼ ਨੂੰ ਜਿਹੜੇ ਅੱਜ ਇੱਥੇ ਬੈਠੇ ਹੈ ਨਾ, ਇਹ ਤੁਹਾਡੇ ਤੇ ਬਹੁਤ ਫਾਇਦੇਮੰਦ ਹੋਏਗੀ ਜੇ ਤੁਸੀਂ ਇਹਨੂੰ ਜਿਵੇਂ ਅਸ਼ੋਕ ਜੀ ਨੇ ਕਿਹਾ ਸੀ ਨਾ ਰਿਪੀਟ ਕਰ ਲਓਗੇ ਘਰ ਜਾ ਕੇ ਵਿਦ ਇਨ 72 ਆਵਰਸ, 2 ਦਿਨ ਵਾਰੀ ਇਹਨੂੰ ਕਰਕੇ ਦੇਖ ਲਓਗੇ, ਯਾਦ ਰੱਖ ਲਓਗੇ, ਇਟ ਵਿਲ ਬੀ ਵੈਰੀ ਬੈਨੀਫਿਸ਼ੀਅਲ। ਆਪਾਂ ਸਟਾਰਟਿੰਗ ਤੋਂ ਕਰਦੇ ਹਾਂ। ਆਟੋਮੈਟਿਕ ਇੱਕ ਟਿੱਕ ਲੱਗਿਆ ਹੋਇਆ, ਨੀਚੇ 3 ਖਾਨੇ ਬਣੇ ਹੋਏ ਲੈਫਟ ਤੇ, ਕ੍ਰੀਏਟ, ਮੋਡੀਫਾਈ, ਕੈਂਸਲ, ਹੈ ਨਾ? ਯੈਸ ਯੈਸ। ਆਪਾਂ ਕਿਹਨੂੰ ਟਿੱਕ ਕਰਨਾ ਹੈ? ਕ੍ਰੀਏਟ। ਕ੍ਰੀਏਟ, ਬਿਲਕੁਲ ਸਹੀ ਹੈ, ਸਾਰਿਆਂ ਸਹੀ ਹੈ। UMRN, ਉਹ ਕੋਲਮ LIC ਨੇ ਇਸ਼ੂ ਕਰਨਾ ਹੈ ਔਰ LIC ਵਾਲੇ ਭਰਨ ਦੇ। ਠੀਕ ਹੈ, ਉਹ ਤੁਹਾਡੇ ਰਿਲੇਟਡ ਨਹੀਂ ਹੈ। ਡੇਟ ਤੁਸੀਂ ਪਾਣੀ ਹੈ ਜਿਸ ਦਿਨ ਤੁਸੀਂ ਕਰ ਰਹੇ ਹੋ, ਉਹ ਵਾਲੀ ਡੇਟ ਹੈ। ਨੀਚੇ ਕੀ ਲਿਖਿਆ ਹੋਇਆ ਸੀ ਜਿਹੜਾ ਤੁਹਾਨੂੰ ਦਿੱਤਾ? 27/7 ਲਿਖਿਆ ਹੋਇਆ ਸੀ ਨਾ। 27/7 ਕੀ ਹੈ? ਜਿਹੜੀ ਡੇਟ ਤੋਂ ਤੁਸੀਂ ਆ DOC ਨੀ ਜਿਹੜੇ ਤੁਸੀਂ ਪੇਮੈਂਟ ਕਟਵਾਉਣੀ ਹੈ, ਜਿਹਦੇ ਪਾਲਿਸੀ ਨੰਬਰ ਲੱਗ ਰਿਹਾ। ਠੀਕ ਹੈ, DOC ਤਾਂ ਕੋਈ ਬੈਕ ਡੇਟ ਕਰ ਦੇਗਾ, ਜਿੱਥੇ ਤੁਸੀਂ ਉਹ ਪੁਰਾਣੀ ਡੇਟ ਥੋੜੀ ਪਾਓਗੇ। ਮੰਨ ਲਓ ਤੁਸੀਂ ਅੱਜ ਆਏ ਹੋ, ਤੁਸੀਂ ਅੱਜ ਆਏ ਹੋ, ਅੱਜ ਕੀ ਤਰੀਕ ਹੈ? ਅੱਜ ਤੁਸੀਂ ਪਾਲਿਸੀ ਕਰਾ ਰਹੇ ਹੋ, ਨਾਮ ਦੇ ਰਹੇ ਹੋ ਤੇ ਮੈਚ, ਤੁਸੀਂ ਮੈਚ ਅੱਜ ਦੇ ਰਹੇ ਹੋ, ਅੱਜ ਹੀ ਹੋ ਰਹੇ ਨੇ ਕ੍ਰੀਏਟ ਹੁੰਦੇ ਨੇ। ਬੈਂਕ ਅਕਾਊਂਟ ਨੰਬਰ ਆ ਗਿਆ, ਸੇਵਿੰਗ ਬੈਂਕ ਤੇ ਟਿਕ ਹੋ ਗਿਆ। ਇਹਨਾਂ ਨੇ ਵੇਚੇ ਤੇ ਕਿਤੇ ਨੀ ਦਿੱਤਾ ਹੋਇਆ ਸੀ ਕਿ ਬੈਂਕ ਅਕਾਊਂਟ ਕਿਹੜਾ ਹੈਗਾ, ਪਰ ਜਨਰਲੀ ਸੇਵਿੰਗ ਬੈਂਕ ਅਕਾਊਂਟ ਹੁੰਦਾ ਹੈ ਤਾਂ ਵੀ ਥਿੰਕ ਇਟ ਇਜ਼ ਸੇਵਿੰਗ ਬੈਂਕ। ਜੇ ਕਰੰਟ ਅਕਾਊਂਟ ਹੋਏਗਾ ਤਾਂ ਸਟੈਂਪ ਲਗਾਉਣੀ ਹੁੰਦੀ ਹੈ ਨਾਲ, ਸਿਗਨੇਚਰ ਜਿਹੜਾ ਨੀਚੇ ਕਰਦੇ ਆ ਨਾ, ਸਟੈਂਪ ਲੱਗਣੀ ਬੜੀ ਜ਼ਰੂਰੀ ਹੈ, ਅਦਰਵਾਈਜ਼ ਮੈਚ ਰਿਜੈਕਟ ਹੋ ਜਾਏਗਾ। ਜੇ ਕਰੰਟ ਅਕਾਊਂਟ ਹੈ, ਸੇਵਿੰਗ ਬੈਂਕ ਦੇ ਵਿੱਚ ਕੋਈ ਜ਼ਰੂਰਤ ਨਹੀਂ ਹੈ। ਹੁਣ ਮੈਕਸੀਮਮ ਬੰਦਿਆਂ ਦਾ ਮੈਂ ਸਿਰਫ ਇੱਕੋ ਦੇਖਿਆ ਕਿ ਉਹਨਾਂ ਨੇ ਅਮਾਊਂਟ ਕਿੰਨੀ ਲਿਖੀ ਹੈ, ਕਿੰਨੀ ਕਿਸ ਲਿਖੀ ਸੀ ਆਪਾਂ? ਐਕਚੁਅਲ ਪ੍ਰੀਮੀਅਮ ਮਤਲਬ ਕੀ ਹੈਗਾ? ਐਕਚੁਅਲ ਪ੍ਰੀਮੀਅਮ ਮਤਲਬ ਵਿਦਆਊਟ GST। ਹਾਂਜੀ, ਉਹਦਾ 25% ਆਪਾਂ ਐਕਸਟਰਾ ਲਿਖਣਾ। ਨੈਕਸਟ ਰਾਊਂਡ ਇਟ 100, 25% ਕਰੀਏ 5,000 ਦਾ, 1,250 ਰੁਪਇਆ ਬਣਦਾ, ਯਾਨੀ ਕਿ 6,250 ਰੁਪਏ ਹੋ ਗਏ। ਤਾਂ ਨੈਕਸਟ 100 ਕਿਹੜਾ? 6,350। 6,250 ਤੋਂ ਬਾਅਦ ਨੈਕਸਟ 100 ਵਾਲੀ ਫਿਗਰ ਕਿਹੜੀ ਹੈ? 6,300। ਤਾਂ ਆਪਾਂ 6,300 ਪਾਵਾਂਗੇ ਇੱਥੇ ਅਮਾਊਂਟ ਦੇ ਵਿੱਚ। ਜਦੋਂ ਆਪਾਂ ਸਰ ਪੋਜ਼ਿਟਿਵ ਲਗਾਉਂਦੇ ਆ, ਉਹਦੇ ਚ ਆ ਜਾਂਦਾ ਕਿ ਮੈਚ ਕਿੰਨਾ ਹੈ, ਤਾਂ ਕੀ ਭਰਦੇ ਆ? ਐਕਚੁਅਲੀ ਮੇਰਾ 99% ਤੋਂ ਬਲੇ ਠੀਕ ਹੋ ਰਿਹਾ। ਬਹੁਤ ਵਧੀਆ, ਮੇਰੇ ਗਲਤ ਕਿਉਂ ਹੋਇਆ? ਇਹ ਐਕਚੁਅਲੀ ਮੈਂ ਇਹ ਕੰਮ ਰਿਹਾ ਵੀ ਤੁਸੀਂ ਇੰਨਾ ਐਕਚੁਅਲੀ ਸਰ ਜੋ ਪ੍ਰੀਮੀਅਮ ਵੀ ਕੈਲਕੂਲ ਕਰਦੇ ਆ ਉਹ ਤਾਂ ਹਿਸਾਬ ਦੇ ਨਾਲ ਆ, ਇਤੋਂ ਕੋਈ ਅਮਾਊਂਟ ਪਰ ਆ ਗਿਆ ਤੇ ਜਿਹੜੀ ਰਿਵਿਊ ਸਲਿੱਪ ਹੁੰਦੀ ਹੈ ਨਾ, ਜੋ ਰਿਵਿਊ ਸਲਿੱਪ ਹੁੰਦੀ ਹੈ ਜਦੋਂ ਆਪਾਂ ਫੀਡ ਕਰਾਈਦਾ, ਜਿੱਦਾਂ ਤੇ ਅੰਡਰਰਾਈਟ ਕਰਦੇ ਆ ਬ੍ਰਾਂਚ ਮੈਨੇਜਰ ਜਾਂ ਜੋ ਵੀ ਐਂਟੀ ਵਾਲੇ, ਉਹਦੇ ਉੱਤੇ ਬੜਾ ਕਲੀਅਰਲੀ ਲਿਖਿਆ ਹੁੰਦਾ ਤੁਹਾਡਾ ਐਕਚੁਅਲ ਪ੍ਰੀਮੀਅਮ ਕਿੰਨਾ ਹੈ ਔਰ ਕਿੰਨਾ ਟੈਕਸ ਹੈ। ਆਪਾਂ ਐਕਚੁਅਲ ਪ੍ਰੀਮੀਅਮ ਉਹਦਾ 25% ਰਾਊਂਡ ਆਫ ਕਰਕੇ, ਠੀਕ ਹੈ, ਨੈਕਸਟ 100 ਜਿਹੜੀ ਅਮਾਊਂਟ ਬਣਦੀ ਹੈ, ਜਿਵੇਂ ਦੇ 6,250 ਸੀ ਤਾਂ ਨੈਕਸਟ 100 ਇਜ਼ 6,300, ਇੱਥੇ 6,300 ਆਇਆ। ਉੱਪਰ ਉਹ ਕਈ ਵਾਰੀ ਬੰਦਾ ਨੀ ਬੈਠਾ ਹੁੰਦਾ ਨਾ, ਠੀਕ ਹੈ ਨਾ। ਹੁਣ ਫ੍ਰੀਕੁਐਂਸੀ ਮੰਥਲੀ ਹੈ, ਕੁਆਟਰਲੀ ਹੈ, ਹਾਫ ਈਅਰਲੀ ਹੈ, ਉਹ ਆਪਾਂ ਕਰਦਾ, ਠੀਕ ਹੈ। ਡੈਬਿਟ ਟਾਈਪ ਦੇ ਵਿੱਚ ਆਪਾਂ ਮੈਕਸੀਮਮ ਅਮਾਊਂਟ ਤੇ ਟਿਕ ਕਰਨਾ, ਠੀਕ ਹੈ। ਆਪਾਂ 6,300 ਰੁਪਏ ਲਿਖਦੇ ਪਏ ਹਾਂ, ਇਹਦਾ ਮਤਲਬ ਇਹ ਨਹੀਂ ਕਿ 6,300 ਆਪਣਾ ਡੈਬਿਟ ਹੋ ਜਾਣਾ ਹੈ, ਆਪਣਾ ਪ੍ਰੀਮੀਅਮ ਉਹਨਾਂ ਹੀ ਡੈਬਿਟ ਹੋਣਾ ਹੈਗਾ ਜੋ ਵੀ 5,000 ਪਲੱਸ ਟੈਕਸਿਸ ਹੈਗਾ। ਇਹ ਇਸ ਕਰਕੇ ਕਿਉਂਕਿ ਇਹ ਵਾਰੀ ਵਾਰੀ ਰੇਟ ਚੇਂਜ ਹੁੰਦੇ ਰਹਿਣੇ, ਬੰਦੇ ਦਾ ਮੈਚ ਅਟਕ ਜਾ ਕਰੇਗਾ। ਉਹਨੇ ਆਪਾਂ ਨੂੰ ਅਲਾਓ ਕਰਤਾ ਕਿ ਮੇਰਾ ਬੇਸਿਕ ਪ੍ਰੀਮੀਅਮ ਤਾਂ ਇੰਨਾ ਹੈਗਾ, ਅਪ ਟੂ ਇੰਨੇ ਤੱਕ ਤੁਸੀਂ ਜਿੰਨਾ ਵੀ ਹੋਏਗਾ ਕੱਟ ਲੈਣਾ, ਆਥੋਰਾਈਜ਼ ਕਰਤਾ ਉਹਨੇ। ਤਾਂ ਉਹਦੇ ਨਾਲ ਮੈਚ ਰਿਜੈਕਸ਼ਨ ਨਹੀਂ ਹੋਏਗੀ ਨਾ, ਰੁਕੇਗਾ ਨਹੀਂ। ਨਹੀਂ ਤਾਂ 1 ਰੁਪਇਆ ਵੀ ਜੋ ਫਿਕਸ ਅਮਾਊਂਟ ਕਰਦੇ, 1 ਰੁਪਏ ਦਾ ਫਰਕ ਹੋਏਗਾ ਜੇ, ਤਾਂ ਮੈਚ ਹੋਏਗਾ ਨਹੀਂ। 25% ਬੇਸਿਕ ਪ੍ਰੀਮੀਅਮ ਦਾ, ਫਿਰ ਨੈਕਸਟ ਰਾਊਂਡ ਇਟ 100। ਪਾਲਿਸੀ ਨੰਬਰ ਆ ਗਿਆ,
फोन नंबर आ गया, फोन नंबर और ईमेल आईडी बड़ी जरूरी है। सिग्नेचर जड़े है आप तीन कर दे, तीन कोई जरूरी नहीं है, एक भी चलेगा सही किता हो। हाँ जेडे कि ज्वाइंट अकाउंट होंगे जिम्मे जिंदे ईदर और सर्वाइवर वाली ऑप्शन नहीं है कि दोनों का साइन होना जरूरी है, उसे दोनों का करा लो। वैसे अजय बड़ा रेयर केस आएगा अपने को, मोर दैन 90% सिंगल अकाउंट होल्डर का ही आएगा, सेविंग बैंक का ही आएगा। किसी का भी दोनों चो जो ज्वाइंट है दोनों ही जो ऑपरेट कर सकते इंडिपेंडेंटली, किसी का भी हो चल जाए। कहने का मतलब है कि तुम तीन बार साइन कराने की लड़ नहीं, एक भी अलाउड है, तीन करा रहे हो ठीक है, पर कई बार की होंगे बड़े तीन साइन करते तीन ही चेंज हो जाते, तीन साइन भी मिल रहे होते तो रिस्क बच जाता। बना लो मिनिमम से बना लो, ना पाओ अवॉइड करो, कस्टमर के नाम की मेल आईडी बना लो, दो मिनट लगते हैं ईमेल आईडी बनाने में। मिनिमम सम शॉर्ट का कुछ है क्राइटेरिया क्या है? अभी हम सिर्फ इस पे हैं, इतना तक क्लियर हो गया। जेडी डेट इतने आ रही है ठीक है, एक कहने कॉलम है जिथे डिवीजन कोड पाया है पॉलिसी नंबर के थले। बड़े साथी क्योंकि अपनी ब्रांच का कोड मिलता जुलता है वो 016 के नाल एल पा देता है, अपना ही कोड है, अपना ही कोड है 016 डिवीजन का कोड है चंडीगढ़ डिवीजन का, अपनी ब्रांच का कोड है 16L नाल आप पावे 16L 016 फिर 16L 016 का प्रिंटेड है, प्रिंटेड है ना। हम मान लो जे कोई और ब्रांच होंगी 190 नंबर ब्रांच है 190 पाएगा, 163 नंबर 163 पाएगा, 180 नंबर ब्रांच का 180 पाएगा, आप 16L ब्रांच को बिलोंग करते आप 16L पावे। हाँ बिल्कुल लिखा, मेरे मेरे को एक आया सी मैं देखे वो साथी ने 16 तो बाद एल पा खरड इंडिपेंडेंट ब्रांच नहीं है, खरड इज पार्ट ऑफ मोहाली, वो मोहाली ब्रांच का हिस्सा है, बस फिर सारे रिजेक्ट भी होंगे कई दोबारा कोई कंफ्यूजन ना हो वे। आंसर की दे रहे हो संभाल के रखना ताकि जो कंफ्यूजन हो रेफर टू दिस।